ਅੱਜ ਹੀ ਡਾਊਟਨਟ ਐਪ ਡਾਊਨਲੋਡ ਕਰੋ। ਡਾਊਟਨਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। Hello everyone, now the question is, find the product using suitable properties, 15 into minus 25 into minus 4 into minus 10. Sanu given numbers are in the product find karna hai, integers given hai sanu. So, sab to pehla dekhde ha, je kise product cho negative term even time aan di ha, ta oda jo product hunda hai, oh hamesha positive hunda hai, te je koi negative term odd times aave, ਤਾਂ ਉਹਨਾਂ ਦਾ ਪ੍ਰੋਡਕਟ ਕੀ ਹੁੰਦਾ ਹੈ? ਨੈਗੇਟਿਵ। ਸੋ ਹੁਣ ਆਪਣੇ ਕੁਐਸਚਨ ਦੇਖਦੇ ਹਾਂ ਆਪਾਂ। 15 ਇੰਟੂ ਮਾਈਨਸ 25 ਇੰਟੂ ਮਾਈਨਸ 4 ਇੰਟੂ ਮਾਈਨਸ 10। ਨਾ ਹੁਣ ਸਾਨੂੰ ਪਤਾ ਹੈ, ਵੀ ਨੋ ਦੈਟ ਨੈਗੇਟਿਵ ਇੰਟੂ ਨੈਗੇਟਿਵ ਇੰਟੂ ਨੈਗੇਟਿਵ ਤਿੰਨ ਵਾਰ ਹੈ, ਤਾਂ ਨੈਗੇਟਿਵ ਟਰਮਸ ਜੇ ਆਊਟ ਟਾਈਮਸ ਹੁਣ ਤਾਂ ਉਹਨਾਂ ਦਾ ਪ੍ਰੋਡਕਟ ਕੀ ਹੁੰਦਾ ਹੈ? ਨੈਗੇਟਿਵ। ਸੋ ਇਸ ਕੁਐਸਚਨ 'ਚ ਆਪਾਂ ਲਿਖ ਸਕਦੇ ਹਾਂ ਹੁਣ ਇਹਨੂੰ, ਮਾਈਨਸ 15 ਇੰਟੂ 25 ਇੰਟੂ 4 ਇੰਟੂ 10। ਸੋ ਇਹ ਆ ਜੂੰਗਾ ਮਾਈਨਸ 250 ਇੰਟੂ 60 ਵਿਚ ਇਜ਼ ਇਕੁਅਲਸ ਟੂ ਮਾਈਨਸ 15,000। ਸੋ ਸਾਡਾ ਪ੍ਰੋਡਕਟ ਦਾ ਆਨਸਰ ਕਿੰਨਾ ਆ ਗਿਆ? ਮਾਈਨਸ 15,000। ਥੈਂਕ ਯੂ।